ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਸੀਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਖਾਸ ਰਿਪੋਰਟ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਫਿਲਮ KGF 2 ਰਿਲੀਜ਼ ਹੋਈ ਜੋ ਕਿ ਸੁਪਰ ਡੁਪਰ ਹਿੱਟ ਰਹੀ। ਦਰਸ਼ਕ ਇਸ ਫਿਲਮ ਨੂੰ ਬਹੁਤ ਹੀ ਪਸੰਦ ਕਰ ਰਹੇ ਹਨ। ਇਸ ਫਿਲਮ ਦੀ ਪੂਰੀ ਟੀਮ ਦੀ ਜਿੱਥੇ ਸਰਾਹਨਾ ਹੋ ਰਹੀ ਹੈ, ਉੱਥੇ ਹੀ ਇਸ ਫਿਲਮ ਦੇ ਐਡੀਟਰ ਦੀ ਜਮ ਕੇ ਤਾਰੀਫ ਕੀਤੀ ਜਾ ਰਹੀ ਹੈ। ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਸ ਫਿਲਮ ਦੇ ਐਡੀਟਰ ਕੋਈ ਬਹੁਤ ਜ਼ਿਆਦਾ ਤਜਰਬੇਕਾਰ ਨਹੀਂ, ਸਗੋਂ 19 ਸਾਲਾਂ ਦਾ ਇੱਕ ਮੁੰਡਾ ਜਿਸ ਦਾ ਨਾਂ ਹੈ ਉਜਵਲ ਗੁਲਕਰਨੀ। ਉਸਨੇ ਇਸ ਫਿਲਮ ਦੀ ਐਡੀਟਿੰਗ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਉਜਵਲ ਨੇ ਕਿਸੇ ਵੀ ਫਿਲਮ ਦੀ ਐਡੀਟਿੰਗ ਨਹੀਂ ਕੀਤੀ। ਉਸਨੇ ਐਡੀ ਵੱਡੀ ਫਿਲਮ ਦੀ ਐਡੀਟਿੰਗ ਪਹਿਲੀ ਵਾਰ ਕੀਤੀ। ਉਸਨੂੰ ਇਹ ਮੌਕਾ ਕਿਵੇਂ ਮਿਲਿਆ, ਗੱਲ ਕਰਦੇ ਹਾਂ ਇਸ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਉਜਵਲ ਦਾ ਆਪਣਾ ਇੱਕ ਯੂਟਿਊਬ ਚੈਨਲ ਹੈ ਜਿੱਥੇ ਕਿ ਉਹ ਸ਼ਾਰਟ ਵੀਡੀਓਜ਼ ਐਡਿਟ ਕਰਕੇ ਪਾਉਂਦਾ ਹੈ। ਸਾਲ 2018 ਵਿੱਚ ਜਦੋਂ KGF ਚੈਪਟਰ 1 ਫਿਲਮ ਆਈ ਤਾਂ ਉਸ ਵੇਲੇ ਵੀ ਉਜਵਲ ਨੇ KGF ਚੈਪਟਰ 1 ਦਾ ਇੱਕ ਸ਼ਾਰਟ ਵੀਡੀਓ ਬਣਾਇਆ, ਐਡਿਟ ਕੀਤਾ ਅਤੇ ਉਸਨੂੰ ਆਪਣੇ ਯੂਟਿਊਬ ਚੈਨਲ 'ਤੇ ਪਾਇਆ। ਉਜਵਲ ਦਾ ਉਹ ਬਣਾਇਆ ਸ਼ਾਰਟ ਵੀਡੀਓ ਫਿਲਮ ਦੇ ਟ੍ਰੇਲਰ ਤੋਂ ਵੀ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਉਸ ਸ਼ਾਰਟ ਵੀਡੀਓ ਦੇ ਉੱਤੇ KGF 2 ਫਿਲਮ ਦੇ ਡਾਇਰੈਕਟਰ ਪ੍ਰਸ਼ਾਂਤ ਨੀਲ ਦੀ ਨਜ਼ਰ ਪੈ ਗਈ ਅਤੇ ਪ੍ਰਸ਼ਾਂਤ ਨੀਲ ਹੋਣਾ ਨੇ ਤੁਰੰਤ ਉਜਵਲ ਦੇ ਨਾਲ ਮਿਲਣ ਦੀ ਇੱਛਾ ਜਤਾਈ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਜਵਲ ਨੂੰ ਨਾਲ ਹੀ ਨਾਲ KGF 2 ਦੀ ਐਡੀਟਿੰਗ ਕਰਨ ਦਾ ਕੰਟਰੈਕਟ ਵੀ ਦੇ ਦਿੱਤਾ। ਪ੍ਰਸ਼ਾਂਤ ਨੀਲ ਹੋਣਾ ਨੂੰ ਸ਼ਾਇਦ ਇਹ ਵਿਸ਼ਵਾਸ ਸੀ ਕਿ ਉਜਵਲ ਉਹਨਾਂ ਦੀ ਫਿਲਮ ਦੇ ਨਾਲ ਪੂਰਾ ਨਿਆਂ ਕਰੇਗਾ ਅਤੇ ਇਹ ਕੰਮ ਉਜਵਲ ਨੇ ਕਰਕੇ ਵਿਖਾਇਆ ਅਤੇ ਉਜਵਲ ਇਸ ਵਿਸ਼ਵਾਸ 'ਤੇ ਖਰੇ ਉਤਰੇ ਅਤੇ ਅੱਜ KGF 2 600 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਹਰ ਕੋਈ ਇਸ ਫਿਲਮ ਦੀ ਤਾਰੀਫ ਕਰ ਰਿਹਾ ਹੈ। ਇਸ ਫਿਲਮ ਦਾ ਇੱਕ ਇੱਕ ਸੀਨ ਵੇਖ ਕੇ ਲੋਕ ਤਾੜੀਆਂ ਮਾਰਨੋ ਨਹੀਂ ਰੱਖਦੇ। KGF 2 ਕਿਸੇ ਹਾਲੀਵੁੱਡ ਫਿਲਮ ਨਾਲੋਂ ਘੱਟ ਨਹੀਂ। ਜੇ ਤੁਸੀਂ ਇਸ ਫਿਲਮ ਨੂੰ ਵੇਖਿਆ ਹੈ ਤਾਂ ਤੁਹਾਡਾ ਕੀ ਕਹਿਣਾ ਹੈ? ਤੁਸੀਂ ਇਸ 19 ਸਾਲਾ ਐਡੀਟਰ ਉਜਵਲ ਗੁਲਕਰਨੀ ਬਾਰੇ ਕੀ ਕਹੋਗੇ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇੰਤਜ਼ਾਰ ਰਹੇਗਾ, ਤਦ ਤੱਕ ਸਤਿ ਸ਼੍ਰੀ ਅਕਾਲ।